ਸਰਕਸ ਦੇ ਇਹਨਾਂ ਕਰਤਬਾਂ ਨੂੰ ਵੱਡੇ ਫਿਲਮੀ ਪਰਦੇ ਤੋਂ ਲੈ ਕੇ ਅਸਲ ਜ਼ਿੰਦਗੀ ਵਿੱਚ ਦੇਖ ਕੇ ਸਾਡੇ ਵਿੱਚੋਂ ਕਈ ਲੋਕ ਖੁਸ਼ ਹੁੰਦੇ ਨੇ। ਰਾਜ ਕਪੂਰ ਬਾਹਰ ਕੀ ਫਿਲਮੇ ਯੇ ਆਪਣੇ ਫਿਲਮ ਇੰਡਸਟਰੀ ਯੇ ਸਭ ਹੈ, ਲੇਕਿਨ ਹਮ ਵੀ ਆਪ ਹੀ ਕੇ ਸਾਥ ਜੁੜੇ ਹੋਏ ਲੋਗ ਹੈ। ਹਮ ਕੋਈ ਬਾਹਰ ਕਿਸੇ ਨਹੀਂ ਆਏ ਹੈਂ, ਹਮਾਰਾ ਸਰਕਸ ਵੀ ਇੰਡੀਆ ਮੇਂ ਬਹੁਤ ਪੁਰਾਨਾ ਹੈ। ਅਗਰ ਆਪ ਆਜ ਧਿਆਨ ਨਹੀਂ ਦੋਗੇ ਤੋ ਯੇ ਸਰਕਸ ਬਚੇਗਾ ਹੀ ਨਹੀਂ। ਮੈਂ ਕੰਮ ਕਰਤਾ ਹੂੰ ਯਹਾਂ ਪੇ, ਮੇਰੀ ਵਾਈਫ ਵੀ ਕੰਮ ਕਰਤੀ ਹੈ, ਇਸਕੇ ਇਲਾਵਾ ਹਮ ਲੋਗ ਔਰ ਕੋਈ ਕੰਮ ਨਹੀਂ ਕਰਤੇ ਹੈਂ, ਹਮ ਲੋਗ ਸਿਰਫ ਸਰਕਸ ਕਾ ਹੀ ਕੰਮ ਕਰਤੇ ਹੈਂ ਜੀ। ਦਰਸ਼ਕਾਂ ਦੇ ਚਿਹਰੇ ਉੱਤੇ ਮੁਸਕੁਰਾਹਟ ਲੈ ਕੇ ਆਉਂਦੇ ਕਲਾਕਾਰ ਖੁਦ ਭਾਵੇਂ ਅੰਦਰੋਂ ਟੁੱਟੇ ਹੋਣ, ਪਰ ਇਹਨਾਂ ਦੇ ਚਿਹਰੇ ਮਾਇੂਸ ਨਹੀਂ ਹੁੰਦੇ। ਜਲੰਧਰ ਵਿੱਚ ਰਾਇਲ ਸਰਕਸ ਦੇ ਕਲਾਕਾਰਾਂ ਨੇ ਦੱਸਿਆ ਕਿ ਪਹਿਲਾਂ ਤੇ ਹੁਣ ਦੇ ਦੌਰ ਵਿੱਚ ਕੀ ਫਰਕ ਆਇਆ, ਅਤੇ ਨਾਲ ਹੀ ਸਰਕਸ ਦੀ ਦੁਨੀਆਂ ਦੇ ਵਿੱਚ ਆਉਣ ਦੀ ਆਪਣੀ ਆਪਣੀ ਕਹਾਣੀ ਦੱਸੀ। ਇਸ ਟਾਈਮ ਪਰ ਉਤਨਾ ਪਬਲਿਕ ਨਹੀਂ ਹੈ, ਪਹਿਲੇ ਤਾਂ ਬਹੁਤ ਅੱਛੇ ਥੇ, ਫੁੱਲ ਹਾਊਸ ਹੋਤੇ ਥੇ, ਤਮ ਲੋਕ ਵੀ ਅੱਛਾ ਦਿਲ ਮੈਂ ਉਮੰਗ ਹੋਤਾ ਥਾ, ਜਿਤਨੇ ਪਬਲਿਕ ਆਏ ਉਤਨੇ ਹਮ ਲੋਕ ਕੋ ਖੁਸ਼ੀ ਹੋਗਾ, ਲੇਕਿਨ ਅਭੀ ਨਹੀਂ ਆਤੇ ਤਬ ਵੀ ਹਸਾਨੇ ਕੋਸ਼ਿਸ਼ ਕਰਤੇ ਹੈ, ਆਪਣਾ ਮਨੋਰੰਜਨ ਪੂਰਾ ਕਰਨੇ ਕੇ ਲੀ ਹਮ ਲੋਕ ਕਰਤੇ ਹੈ। ਜਿਮਨੀ ਮੇਂ ਕਾਮ ਕੀਆ ਹੈ, ਰੇਮਨ ਮੇਂ ਕਾਮ ਕੀਆ ਹੈ, ਓਲੰਪਿਕ ਸਰਕਸ ਕਾਮ ਕੀਆ ਹੈ, ਸਾਗਰ ਸਰਕਸ ਬਹੁਤ ਪੁਰਾਣਾ ਥਾ ਉਸਮੇਂ ਕਾਮ ਕੀਆ, ਫਿਰ ਇੱਧਰ ਛੋਟੇ ਮੋਟੇ ਸਰਕਸ ਮੇਂ ਤੋ ਬਹੁਤ ਕਾਮ ਕੀਆ ਹੈ। ਮੈਂ ਕਾਫੀ ਛੋਟੇ ਸੇ ਸਰਕਸ ਮੇਂ ਹੂੰ, ਮੈਂ ਆਪਣੇ ਪਾਪਾ ਕੋ ਦੇਖ ਕੇ ਸਰਕਸ ਮੇਂ ਆਈ, ਉਨਸੇ ਮੁਝੇ ਸ਼ੌਕ ਪੜਾ, ਔਰ ਮੇਰੀ ਮੰਮੀ ਤੋ ਆਈਟਮ ਨਹੀਂ ਕਰਤੀ ਥੀ, ਸਾਥ ਮੇਂ ਰਹਿਤੀ ਥੀ, ਔਰ ਬਹੁਤ ਲੋਗੋ ਨੇ ਪਰਿਵਾਰੋ ਮੇਂ ਸਭ ਨੇ ਕਿਹਾ ਕਿ ਤੁਮੇ ਨਹੀਂ ਕਰਨਾ ਚਾਹੀਏ, ਤੁਮੇ ਪੜ੍ਹਨਾ ਚਾਹੀਏ, ਤੁਮੇ ਯੇ ਕਰਨਾ ਚਾਹੀਏ, ਲੇਕਿਨ ਮੁਝੇ ਬਹੁਤ ਖੁਸ਼ੀ ਲਗਤੀ ਥੀ। ਕਲਾਕਾਰੋ ਕੀ ਜ਼ਿੰਦਗੀ ਅਲੱਗ ਹੋਤੀ ਹੈ, ਤਾਲੀਆਂ, ਆਡੀਅੰਸ, ਨਾਮ, ਤੋ ਮੁਝੇ ਵੋ ਸਭ ਮੁਝੇ ਬਹੁਤ ਅੱਛਾ ਲੱਗਤਾ ਥਾ, ਔਰ ਤਰ੍ਹਾਂ ਤਰ੍ਹਾਂ ਕੇ ਸ਼ਹਿਰੋ ਮੇਂ ਜਾਣਾ, ਘੁੰਮਣਾ, ਲੋਗੋ ਸੇ ਤਰ੍ਹਾਂ ਤਰ੍ਹਾਂ ਕੇ ਲੋਗੋ ਸੇ ਮਿਲਣਾ, ਤੋ ਮੈਨੇ ਸਰਕਸ ਕੋ ਚੂਜ਼ ਕੀਆ, ਔਰ ਮੇਰੇ ਪਤੀ ਵੀ ਸਾਥ ਮੇਂ ਹੈ, ਹਸਬੈਂਡ ਵੀ ਮੇਰੇ ਸਾਥ ਮੇਂ ਹੈ, ਮੇਰੇ ਸਾਥ ਉਹ ਵੀ ਆਈਟਮ ਕਰਤੇ ਹੈ, ਔਰ ਮੇਰੇ ਸਸੁਰਾਲ ਵਾਲੋ ਕਾ ਵੀ ਪੂਰਾ ਸਪੋਰਟ ਹੈ, ਉਹ ਲੋਕ ਵੀ ਸਭ ਪੁਰਾਣੇ ਕਲਾਕਾਰ ਥੇ, ਤੋ ਫੁੱਲ ਫੈਮਿਲੀ ਸਪੋਰਟ ਵੀ ਕਰਤੀ ਹੈ, ਐਸੀ ਬਾਤ ਨਹੀਂ ਹੈ। ਸਰਕਸ ਮੇਂ ਜੀ ਬਚਪਨ ਸੇ ਹੀ ਹੈ, ਮਾਤਾ ਪਿਤਾ ਵੀ ਯਹੀ ਕਾਮ ਕਰਤੇ ਥੇ, ਹਮ ਵੀ ਯਹੀ ਕਾਮ ਕਰ ਰਹੇ ਹੈਂ, ਔਰ ਵੀ ਪਰਿਵਾਰ ਵਾਲੇ ਸਰਕਸ ਕੇ ਕਈ ਲੋਕ ਯਹੀ ਕਾਮ ਕਰਤੇ ਹੈ ਸਰਕਸ ਮੇਂ। ਤਪਦੀ ਗਰਮੀ ਵਿੱਚ ਏਸੀ ਵਾਲੇ ਸਿਨੇਮਾ ਹਾਲਸ ਦੀ ਥਾਂ ਸਰਕਸ ਦੇਖਣ ਪਹੁੰਚੇ ਦਰਸ਼ਕਾਂ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ। ਸਰਕਸ ਆਈ ਥਿੰਕ ਅਗਰ ਮੈਂ ਫਲੈਸ਼ਬੈਕ ਜਾਊਂ ਤਾਂ ਮੈਂ ਫਸਟ ਟਾਈਮ ਆਪਣੇ ਪੇਰੈਂਟਸ ਕੇ ਸਾਥ ਦੇਖੀ ਥੀ, ਅਰਾਊਂਡ 8th-9th ਮੇਂ ਮੈਂ ਹੂੰਗੀ, ਤੋ ਉਸੀ ਵਕਤ ਸੇ ਲਗਾ ਕਿ ਯਾਰ ਇਟਸ ਐਨ ਅਨਦਰ ਵਰਲਡ। ਮੈਂ ਚਾਹੂੰਗੀ ਕਿ ਤੁਸੀਂ ਆਪਣੇ ਬੱਚਿਆਂ ਨਾਲ ਸਰਕਸ ਜ਼ਰੂਰ ਦੇਖੋ, ਇਟਸ ਰੀਅਲ ਲਾਈਫ, ਕਿ ਬੜਾ ਤੁਹਾਨੂੰ ਬੱਚੇ ਬਹੁਤ ਕੁਝ ਸਿੱਖਣਗੇ, ਇਟਸ ਇੰਸਪੀਰੇਸ਼ਨਲ। ਸਰਕਸ ਅੰਦਰ ਲੋਕਾਂ ਦੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈਗੀ ਹੈ, ਤਾਂ ਕਰਕੇ ਇੱਕਦਮ ਲਾਈਵ ਪਰਫੋਰਮੈਂਸ ਹੁੰਦਾ, ਅਤੇ ਤਾਂ ਕਰਕੇ ਮੈਨੂੰ ਸਰਕਸ ਦੇਖਣ 'ਚ ਲੋਕਾਂ ਦੇ ਹਾਰਡ ਵਰਕ ਦੇਖਣ 'ਚ ਵੀ ਬੜਾ ਮਜ਼ਾ ਆਉਂਦਾ। ਅਸੀਂ ਸਪੈਸ਼ਲੀ ਗਰਮੀ 'ਚ ਆਏ ਹਾਂ ਅਸੀਂ ਸਰਕਸ ਦੇਖਣ ਵਾਸਤੇ, ਔਰ ਬਾਕੀ ਜੋ ਹੈ ਕਹਿਣਾ ਮੈਂ ਸਕਿੱਲਸ ਕਾਫੀ ਸਕਿੱਲ ਅੱਛਾ ਹੈਗਾ, ਲਾਈਵ ਪ੍ਰੋਗਰਾਮ ਦੇਖਿਆ ਸਾਰਾ ਅਸੀਂ, ਅੱਛਾ ਲੱਗ ਰਿਹਾ ਹੈ ਕਿ ਪਿਕਚਰ ਵਗੈਰਾ ਤਾਂ ਰੀਟੇਕ ਹੋ ਜਾਂਦਾ, ਕੱਟ ਹੋ ਜਾਂਦੇ ਨੇ, ਇਹਦੇ 'ਚ ਲਾਈਫ ਸਾਰਾ ਕੰਟੀਨਿਊ ਚੱਲ ਰਿਹਾ, ਸਕਿੱਲ ਦੇਖਣ ਨੂੰ ਮਿਲ ਰਿਹਾ ਪਾਰਟੀਸਪੈਂਟ ਦਾ, ਆਰਟਿਸਟ ਦਾ, ਅੱਛਾ ਲੱਗਦਾ ਦੇਖ ਕੇ ਵੀ, ਬੜੀ ਹਿੰਮਤ ਦੀ ਗੱਲ ਹੈ, ਵੈਸੇ ਇੰਨਾ ਕਰਨਾ ਆਸਾਨ ਨਹੀਂ, ਅਸੀਂ ਲੋਕ ਦੇਖ ਕੇ ਹੈਰਾਨ ਹੋ ਗਏ। ਅਜੋਕੇ ਸਮੇਂ ਵਿੱਚ ਸਰਕਸ ਚਲਾਉਣ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਰਾਇਲ ਸਰਕਸ ਦੇ ਡਾਇਰੈਕਟਰ ਨੇ ਪੰਜਾਬ ਦੀ ਭਗਵੰਤ ਮਾਨ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਸਰਕਸ ਨੂੰ ਜ਼ਿੰਦਾ ਰੱਖਣ ਅਤੇ ਬਚਾਉਣ ਦੀ ਅਪੀਲ ਕੀਤੀ।
सर्कस चलाना आजकल मुश्किल काम होता जा रहा है दिन ब दिन, क्योंकि पहले क्या होता था पुराने ज़माने में सर्कसों में जानवर वगैरह होते थे। अभी हाईकोर्ट के बैन के वजह से जानवरों को लेकर हमारा प्रॉब्लम तो चल ही रहा था, वो भी अब जानवर है नहीं। अब हमारे पास आर्टिस्ट है, हमारे इंडियन आर्टिस्ट वगैरह हैं जो अभी कला दिखा रहे हैं, और हमने काफ़ी चेंजेस किए पहले के सर्कस में और अब के सर्कस में, बहुत फ़र्क है। पहले के सर्कस में जो पुराने आइटम होते थे वो हमने सब बंद करके नए लोगों को जो पसंद आ रहे हैं उस तरह के आइटम रखे हैं, और फॉरेन आर्टिस्ट अफ्रीका से भी बुलाए हमने जो लोगों को खूब मनोरंजन कर रहे हैं। लेकिन फिर भी मैं कहूँगा कि आज के दौर में सर्कस चलाना बहुत मुश्किल काम है, क्योंकि इसके लिए हर एक शहर नए शहरों में जाना पड़ता है, उसके लिए परमिशन वगैरह लेनी पड़ती है, फायर की परमिशन हो गई, ग्राउंड का हो गया, SDM सर, DC सर, SP सर, मतलब इस तरह से करके एक परमिशन लेने के लिए हमें बहुत दिक्कत आती है। मैं खुद भी एक सर्कस देख रहा हूँ, चला रहा हूँ, तो मैं गवर्नमेंट से अपील करूँगा, क्योंकि अब हमारे पंजाब में गवर्नमेंट भी बदली है, तो मैं जो अपने अभी आप पार्टी वाले आए हैं और जो हमारे मुख्यमंत्री जी, उनसे अपील करूँगा कि प्लीज़ हमारी तरफ भी थोड़ा सा ध्यान दें, और जिस तरह हमें दिक्कतें आ रही है सर्कस चलाने में, ये बहुत पुरानी कला है और आप लोग सबका सहयोग चाहिए ताकि हम इसे बचा सके और इसे आगे चला सके। वैसे भी गिने चुने सर्कस रह गए हैं इंडिया में, या तो साउथ में सर्कस रह गई है, जेम्बो सर्कस रह गई है, गुजरात में गोल्डन रह गई और पंजाब में रॉयल रह गई है, ये 4-5 सर्कस रह गई। इसके अलावा इंडिया में अब सर्कस नहीं है, पहले 40-50 सर्कस होती थी, तो आप खुद अंदाज़ा लगाइए कि हम किस तरफ जा रहे हैं। मोदी जी ने एक बार अपने भाषण में कहा था, और मैंने सुना भी था, कि भाई हम पुरानी चीज़ों को बढ़ावा देंगे, तो मुझे तो कहीं से भी नहीं लग रहा कि हमें किसी तरह का कोई बढ़ावा मिल रहा है। अगर आप लोग कुछ सपोर्ट कर सकते हो तो प्लीज़ हम लोग की हेल्प कीजिए, इस ताकि इस चीज़ को हम जिंदा रख सकें। मरना यहाँ, इसके सिवा जाना कहाँ।